बच्चा मिला बहादुर तेरी अम्मा। बट बहादुर जी सर, ये ढांग क्यों लेके फिर रही है? सारी बंदा बंदा नहीं पिया लगता। सर इन्हें मारना होता है, लड़ाई करनी होती है। अच्छा एक मिनट, मैं बदमाश है जी। जी तू सा जमीला बहादुर, एना नु दस जी सर, साडे खड़ा के ना दस के लाहौर तो लेके मुल्तान तक साडीया टोरा ने साडा एक पैर लाहौर ते दूजा मुल्तान हुंदा ही। हां साहिवाल आ लेंदे ते विच मजे हो गए ना। बड़ा खराब है, तोड़ी खराब है। चपेला मार मार ना, मैं तेरे कान लाल कर देने भट्टी। जी सर जमीला बहादुर की क्या बात है। हाँ। पिछले हफ्ते मरी गई है। हाँ। ओ हो, मरी इंटर था ये। हाँ। पहाड़ लंबे थी गए भाई, जमीला बहादुर ने चढ़ना है। के तू तो पहाड़ के ना बटे है। हाँ हाँ, अगू इंची कोई नहीं हो। ਉਹਨਾਂ ਨੇ ਸਾਲੇ ਮੈਨੂੰ ਕਿਹਾ ਤੂੰ ਬਦਮਾਸ਼ ਹੈ। ਜੀ 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 ਮੈਡਮ, ਮੈਨੂੰ ਲੱਗਦਾ ਮੈਨੂੰ ਨਾਨਕਿਆ ਲੈ। ਮੈਂ ਤੈਨੂੰ ਤੁਹਾਡੀ ਤਾਰੀਫਾਂ ਕਰ ਰਿਹਾ। ਤਾਰੀਫਾਂ ਕਰ ਦੱਸ ਸਾਡੇ ਖੜਾਕ। ਹਾਂ ਕਿ ਅਸੀਂ ਜਦੋਂ ਬਾਹਰ ਨਿਕਲੀਏ ਬਾਜ਼ਾਰ ਬੰਦ ਹੋ ਜਾਂਦਾ। ਹਾਏ ਸਰ, ਬੰਦੇ ਨੂੰ ਪੈਂਦੀ ਹੈ ਲੰਬਾ। ਹਾਂ ਇੱਕ ਲੱਤ ਇੱਕ ਤੇ ਹੈ ਕਿਡੋ। ਹਾਂ ਤੇ ਦੇ ਦਮਾ ਦਮ ਦੇ। सारे बदमाश में 200 बंदे नु तो कुछ जी नहीं समझती। तू मैं ट्रालियां भर के ले आया। अच्छा ओ डै बैन लेके मेरा पट्टा ही खोल दिया। मैं गल छपा जी मैडम, शुक्र करो। इतने उन्हें ओ पैन पेश करी जेडी बॉस जी डायरेक्टर ने कही है। पले ओले आगे की थी, खुदा दी कसम काट दंगी। नहीं सर, तुसी सारी बैंड तुहानू ही पेश कर रहे हैं। पसंदीदा डेशी मारो नहीं, बड़ा मजा आता। दोस्त चपेटा मार मार के मुंह लाल किया। पांच मिनट लेंदा जिहड़े फंक्शन करा कोई दो त्रै घंटे से तो होवे। अच्छा भाई बटी, मैं बोल डेढ़ घंटा लाए पूछो लग के मेरे भी वो पांच मिनट इन। हाँ। एक घंटा तो पंजी मिनट में तैयारी ते लाए। अच्छा भाई, जिन्नी तेरी लंग गई है जी सर, तो जिन्नी भी तेरी बकाया है। थैंक यू। टोटल ते लानत है साहब जी, सेम टू यू। सेठ साहब इन्हों ने काम, इन्हों का काम करना तू सा। नहीं सर, यूसुफ कामरान दे काम की है। ये ले ले काम दसो सर, हाथ में ले। शट अप, मेरी बात सुने। कितने पैसे लोगे काम के? असि कितने दोगे? कोई बंदा शौक नाल करे तो हाथों दे दिए सर।
ਕੱਢ ਕੇ ਇੱਥੇ ਲੱਗ ਗਿਆ ਨਹੀਂ ਉਹ ਮਰੇ ਦਾ ਹੀ ਨਾ ਮੈਂ ਤਾਂ ਉਹਨੂੰ ਲੁਕਾ ਕੇ ਇੱਥੇ ਲੱਗ ਗਿਆ ਓਏ ਅੰਮੀ ਅੰਮੀ ਨੇ ਸਵੇਰੇ 4 ਵਜੇ ਆਉਣੀ ਓਏ ਤੈਨੂੰ ਅੱਲਾ ਦਾ ਵਾਸਤਾ ਹੀ ਮੇਰੇ ਸੱਚੀ ਵਾਲੇ ਖੜਾਕ ਦੱਸ ਸੱਚੀ ਦੇ ਖੜਾਕ ਤੈਨੂੰ ਵਾਸਤਾ ਹੀ ਸਰ ਸੱਚੀ ਦੇ ਬੱਟੀ ਪੁੱਲ ਤੇ ਚੜੇ ਪਟਾਕੇ ਨਹੀਂ ਮਰੇ ਦੀ ਮੈਂ ਕੋਈ ਬਦਮਾਸ਼ ਚੁੱਕਦਾ ਦੀ ਕਸਮ ਮੈਂ ਮਖਾਣੇ ਵੇਚ ਦਰਬਾਰ ਤੇ ਨਹੀਂ 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 ਮਾਸ਼ਾਅੱਲਾ ਸਾਰੇ ਜੀ ਦਾ ਖੜਾਕ ਤੁਸੀਂ ਨਹੀਂ ਸੁਣਾ ਹਾਂ ਬੜਾ ਜੋ ਮਰੇ ਦੀ ਬੜਾ ਮਾਰ ਕੇ ਦਿਖਾਓ ਨਾ ਹਾਂ ਇਵੇਂ ਬਾਲ ਜ਼ਾਇਆ ਕਰ ਦੇ ਦੀ ਉਹਨੂੰ ਮੈਂ ਕੁਛ ਨਹੀਂ ਕਹਿਣਾ ਤੇ ਤੇਰੀ ਮੈਂ ਕੱਖ ਨਹੀਂ ਛੱਡਣਾ ਉਹ ਮੈਂ ਬਦਮਾਸ਼ ਲੱਗੀ ਹਾਂ ਇੱਥੇ ਜੀ 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 ਕੰਮ ਦੱਸੋ ਸਰ ਹੁਣ ਕਿਹੜਾ ਕੰਮ ਹਾਂ ਬਈ ਦੇਖੋ ਹਾਂਜੀ ਅਗਰ ਤੂੰ ਮੇਰਾ ਕੰਮ ਕਰ ਦੋਗੀ ਨਾ ਹਾਂਜੀ ਭਾਈ ਜਾਨ ਮੈਂ ਹੈਲੋ ਭਾਈ ਜਾਨ ਨਹੀਂ ਕਹਿਣਾ ਇਹ ਰਿਸ਼ਤੇ ਹਰ ਕੋਈ ਨਹੀਂ ਦਿੰਦਾ ਜੀ ਹਾਂ ਦੇਖੋ ਅਗਰ ਤੂੰ ਮੇਰਾ ਕੰਮ ਕਰ ਦੋਗੀ ਨਾ ਹਾਂ ਜੋ ਪੈਸੇ ਕਹੋਗੀ ਮੈਂ ਉਹ ਹੀ ਦੇ ਦੂੰਗਾ ਤੁਸੀਂ ਕਿੰਨੇ ਦੇਣੇ ਪੈਸੇ 25 ਲੱਖ ਇਹ ਕਿੰਨੀਆਂ ਸਿਫਰਾਂ ਹੁੰਦੀਆਂ ਇਹਦੇ 3 ਸਿਫਰਾਂ ਹੁੰਦੀਆਂ ਝੂਠ ਮਾਰ ਰਹੇ ਅਗਰ ਸਿਫਰ ਛੋਟੀਆਂ ਤਾਂ ਅਖਰੋਟ ਰੱਖ ਲੈ ਨਾਲ ਸਹੀ ਤੱਕ 20 ਵਾਲੇ ਕਿੰਨੇ ਹੁੰਦੇ 20 ਵਾਲੇ ਇਹਦੇ ਵਿੱਚ 25 ਲੱਖ ਮੈਂ ਇਤਰਾਨ ਪਾੜਾ ਇਹ ਘੱਟ ਨੇ ਸਿਫਰਾਂ ਵਧਾ ਅੱਛਾ ਹਾਂ ਜੀ ਹਾਂ ਚਲੋ 50 ਲੱਖ ਇਹਦੇ ਵਿੱਚ ਕਿੰਨੀਆਂ ਹੁੰਦੀਆਂ ਮੈਨੂੰ ਯਾਦ ਕੋਈ ਨਹੀਂ ਓਕੇ 4 ਕਰੋੜਾਂ ਦੀ ਗੱਲ ਕਰੋ ਹਾਂ ਕੰਮ ਕੀ ਹੈ ਕੰਮ ਸਿਰਫ ਛੋਟਾ ਸਾ ਹੈ ਅਗਰ ਆਪ ਕੰਮ ਹਾਂ ਛੋਟਾ ਹੀ ਹੈ ਤੁਹਾਡਾ ਬੰਦਾ ਵੀ ਛੋਟਾ ਹੀ ਹੈ ਆਪ ਡਿਮਾਂਡ ਕਰੇ ਨਾ ਕਿਤਨੇ ਚਾਹੀਏ ਹਾਂ ਉਹ ਮੈਨੂੰ ਪਤਾ ਹੀ ਨਹੀਂ ਆ ਭੈੜਿਆ ਕਰੋ ਦੱਸ ਕੇ ਲਿਆਇਦਾ ਇਹਦਾ ਕੰਮ 2 ਕਰੋੜ ਦੇਖ ਲੈਨੇ ਆ 2 ਕਰੋੜ ਮਿਲਵੇ ਸੀ ਜ਼ਿੰਦਗੀ ਨਾ ਮਿਲ ਸੀ ਆ ਜ਼ਿੰਦਗੀ ਸਰ ਜੈ 2 ਕਰੋੜ ਦੇਵਣਾ ਤੈਨੂੰ ਪਾਸਾ ਪਰਦਾਵਣ ਦੇ ਸੀ ਤੇ ਮਰੇ ਕੋਈ ਨਾ ਨਹੀਂ ਮੈਂ ਬੱਕੀ ਦੀ ਸਰਾਫ ਕਰਾ ਲਾਂਗੀ ਟੈਨਸ਼ਨ ਨਾ ਲੈ ਮੇਰੀ ਬਾਤ ਸੁਣਾ ਦੇਖੋ ਸਿਰਫ 2 ਮਾਹ ਕੇ ਲਈ ਤੁਮੇ ਮੇਰੀ ਜਗ੍ਹਾ ਮਰਨਾ ਹੋਗਾ ਮਰੋਗੀ ਨਹੀਂ ਕੰਮ ਕੀ ਹੈ ਭਲਾ ਯਹੀ ਤੋ ਕਾਮ ਹੈ ਵੀ 2 ਮਾਹ ਕੇ ਲਈ ਤੁਮੇ ਮੇਰੀ ਜਗ੍ਹਾ ਮਰਨਾ ਹੋਗਾ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ ਹੈ ਮੈਂ ਕੰਮ ਦੱਸ ਵਖਰੀ ਨਾ ਪੇਸ਼ ਕਰ ਤੇ ਵੀ 2 ਮਾਹ ਬਾਅਦ ਤੂੰ ਵਾਪਸ ਆ ਜਾਓਗੀ ਮੈਂ ਮਰਨਾ ਹੈ ਹਾਂ ਤੇਰੀ ਜਗ੍ਹਾ ਤੇ ਹਾਂ ਤੇ ਇੰਨਾ ਕੇ ਘਰੋਂ ਲਿਆ ਕੇ ਨਾ ਜਾਏਗਾ ਉਹ ਵੀ ਇੰਨਾ ਕੇ ਐ ਕੌਣ ਕਰੇਗਾ ਹਾਂ ਸਾਲਿਆ ਹੁਣ ਤੇ ਮੈਨੂੰ ਜਾਣਨ ਲੱਗੇ ਨੇ ਸਾਰੇ ਗਾ ਸੁਣੋ 2 ਕਰੋੜ ਰੁਪਏ ਇਹਦੇ ਕੋਲ ਮਾਰ ਲਓ ਹਾਂ ਉਹ ਮੈਂ ਤਾਂ ਤਰੀ ਕਰੇ ਸੀ ਨਾ ਵਾਸਤੇ ਪੱਟੀ ਉਹ ਹਾਲੇ ਤਾਂ ਮੈਂ ਦੁਨੀਆ ਵੇਖਣੀ ਹੁਣ ਸ਼ੁਰੂ ਕੀਤੀ ਖੁਦਾ ਖੁਦਾ ਕਰ ਮੁਲਤਾਨ ਤੋਂ ਲੈ ਕੇ ਫੈਸਲਾਬਾਦ ਫੈਸਲਾਬਾਦ ਤੋਂ ਲਾਹੌਰ ਲਾਹੌਰ ਤੋਂ ਸਾਦਕਾਬਾਦ ਕਿਹੜਾ ਬੰਦਾ ਜਿਹੜਾ ਤੇਰੇ ਕੋਲ ਬੱਚਾ ਹੈ ਮੈਨੂੰ ਇਹ ਬੇਟਾ ਮੇਰੇ 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 100 ਰੁਪਏ ਦੇ ਆ ਉਹਨੇ ਕਿਹਾ ਅੱਜ ਕੱਲ ਬੰਦੇ ਵੀ ਰੀਨਿਊ ਹੋ ਕੇ ਆ ਰਹੇ ਨੇ ਹਾਂ ਤੂੰ ਵੀ ਰੀਨਿਊ ਹੋ ਲੇਕਿਨ ਮਰਨਾ ਕੋਈ ਨਹੀਂ ਦੰਜਿਆ ਤੇਰੀ ਭੈਣ ਨੂੰ ਤੇ ਗਾ ਸੁਣੋ 2 ਕਰੋੜ ਰੁਪਏ ਦੇ ਕੋ ਛੇ ਲਓ ਤੇ ਮੈਂ ਤੁਹਾਨੂੰ ਮਰਨ ਦਾ ਤਰੀਕਾ ਦੱਸੇ ਨਾ ਤੂੰ ਲੰਬੀ ਪਾਉਣਾ ਸਾਰੇ ਤਰੀਕੇ ਤੂੰ ਹੀ ਦੱਸ ਨਾ ਤੇਰੀ ਅੰਮੀ ਕਿਤਾਬ ਲਿਖਦੀ ਆਹ ਬਈ ਬੰਦਾ ਪੁੱਤੇ ਤੂੰ ਤਰੀਕਾ ਮੈਨੂੰ ਦੱਸ ਨਾ ਉਦੋਂ ਵੀ ਕਹਿ ਰਿਹਾ ਨਾ ਇੰਜ ਨਹੀਂ ਇੰਜ ਕਰ ਲੋ ਇਹਦੀ ਅੰਮੀ ਤੇ ਮੇਰੀ ਅੰਮੀ ਅਸਲ ਸਹੇਲੀ ਹੈ ਕਿਰੋ ਮੈਂ ਫੰਕਸ਼ਨ ਤੇ ਗਈ ਮੇਰੀ ਮਾਂ ਰੋਂਦੀ ਆਈ ਕਿਉਂ ਆਦੀ ਨੇ ਦੀ ਮਾਂ ਇਹਦੀ ਤੇਜ਼ ਦੇ ਪੁੱਤਰ ਸਾਡੀ ਤਾਂ ਵਾਰੀ ਨਹੀਂ ਆਈ ਮੈਂ ਤਾਂ ਤਰੀਕਾ ਦੱਸੇ ਨਾ ਤੁਸੀਂ ਲੰਬੇ ਪਵਣਾ ਅੱਛਾ ਤੇ ਇਵੇਂ ਜ਼ਰਾ ਕਿਵੇਂ ਸਾਹ ਘੁੱਟਣਾ ਹੈ ਕਿਵੇਂ ਬਲਾ ਲੰਮੇ ਪਵਣਾ ਹਾਂ ਲੰਮੇ ਪਵਣਾ ਅੱਛਾ ਤੇ ਸਾਹ ਤੂੰ ਸਦਾ ਪਰਾਂ ਮਰੋ ਮੈਂ ਵੀ ਦੇਖ ਲਾ ਸੱਚੀ ਮੁੱਚੀ ਮਰਨਾ ਹਾਂ ਮੈਂ ਇਹਦੇ ਕੋਲ ਤੂੰ ਸੱਚੀ ਮੁੱਚੀ ਮਰ ਸਾਹ ਦੀ ਪਰਾਂ ਵੰਜੋ ਵੇਖ ਪਰ ਰਾਤਾ ਵੰਜੋ ਕੀ ਕਰਨਾ ਹੈ ਆਪਣੇ ਮੈਂ ਉਸ ਨੂੰ ਸਮਝਾ ਰਹਾ ਹਾਂ ਹਾਂ ਸਮਝਾ ਠੀਕ ਹੈ ਹਾਂਜੀ ਤੂੰ ਸਾਹ ਘੁੱਟਣਾ ਮੁਰਦੇ ਦੀ ਹਰ ਸ਼ਾ ਆਕੜੀ ਹੁੰਦੀ ਪਤਾ ਨਾ ਉਹ ਮਰਦ ਦੀ ਹੁੰਦੀ ਹੈ ਅੱਛਾ ਤੂੰ ਸੱਸਾ ਤੂੰ ਜੇ ਰਨ ਲੰਬੀ ਕੀਤੀ ਵੀ ਸ਼ਰੀਫ ਤੇ ਰਿਜ਼ਾਲ ਤੋਂ ਲੰਬਾ ਕੀਤੀ ਵੀ ਅੱਛਾ ਜੀ ਹਾਂ ਕੀ ਕਰਨਾ ਅੱਗੇ ਸਾਹ ਘੁੱਟਣਾ ਕੀ ਉਹ ਕਿਵੇਂ ਤੈਨੂੰ ਨਹੀਂ ਪਤਾ ਯਾਰ ਜਿਵੇਂ ਉਸ ਵੇਲੇ ਘੁੱਟੇ ਦੀ ਹੋਈ ਵੇ ਮਤਲਬ ਹੈ ਅੱਛਾ ਬੱਟੀ ਨਾ ਆ ਕੇ ਤੇ ਆਇਆ ਕਰ ਬਟੇ ਅੱਛਾ ਉਠੀ ਉਹ ਮੇਰੀ ਤਬੀਅਤ ਸਹੀ ਕੋਈ ਨਹੀਂ ਮੈਨੂੰ ਬੁਖਾਰ ਆ ਸਾਹ ਦੀ ਲੈ ਦੋ ਮੈਂ ਲੈ ਵੀ ਜੋ ਮੈਂ ਤਾਂ ਜ਼ੇਨ ਬਣਾਣਾ ਅੱਛਾ ਉਹ ਮੌਲਵੀ ਗਾਣਾ ਲਾ ਉਰੇ ਆਏ ਹਾਂ ਐ ਜਮੀਲਾ ਬਹਾਦਰ ਤੂੰ ਹੈ ਜੀ ਹਾਂ
ਅੱਜ ਸਾਨੂੰ ਟਿੱਕ ਟਿੱਕੀ ਤੇ ਚੜਾ ਕੋੜੇ ਮਾਰ ਸਾਡੇ ਸੀਨੇ ਦੇ ਉੱਤੇ ਕੋਈ ਫੱਟ ਲਾ ਹਰ ਫੱਟ ਚੋਂ ਟੱਕ ਟੱਕ ਦੀ ਆਵਾਜ਼ ਨਹੀਂ ਫਲੂ ਦੇ ਦੀ ਆਵਾਜ਼ ਤੇਰੀ ਖੈਰ ਹੋਵੇ ਦੋ ਦੀ ਯਾਤਰਾ ਦਾ ਗਾਣਾ ਕਿਤੇ ਪਾਰੇ ਅਰੇ ਕੀ ਬਾਤ ਹੈ ਵਾਹ ਜੀ ਵਾਹ ਸਦਕੇ ਸਦਕੇ ਫੀਤੀ ਫੀਤੀ ਕਰ ਦਿੱਤੀ ਸਾਰਾ ਕੁਝ ਫਲੂ ਦੇ ਉੱਡਦੇ ਵਧਣ ਸਾਰੇ करीमुद्दीन देख लिया तुमने ये तुम्हारे अपने जिनके लिए तुम मेहनत करते करते अपनी जवानी को बुढ़ापे में बदल लिया। तुम भूल गए थे करीमुद्दीन बीवी औलाद रिश्तेदार दोस्त कोई भी आखिरत में काम ना आएगा। आखिरत में तुम्हारे साथ जाएंगे सिर्फ तुम्हारे अहमाल। तौबा किया करो तौबा और रहम के तलबगार रहो बेशक वो गफूर रहीम है।